ਗੱਲਾਂ ਦੇ ਵਿੱਚ ਲਾ ਕੇ ਇੱਕ ਨੌਸਰਬਾਜ਼ ਦੇ ਵੱਲੋਂ ਦੁਕਾਨਦਾਰ ਨੂੰ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਨੌਸਰਬਾਜ਼ ਪਹਿਲਾਂ ਤਾਂ ਦੁਕਾਨਦਾਰ ਦੇ ਕੋਲ ਆਉਂਦਾ ਤੇ ਆ ਕੇ ਉਹਨਾਂ ਨੂੰ ਕਹਿੰਦਾ ਕਿ ਉਸਦੇ ਕੋਲ ਕੁਝ ਖੁੱਲ੍ਹੇ ਨੋਟ ਨੇ ਕਿ ਜੇਕਰ ਉਹਨਾਂ ਨੂੰ ਉਹ ਦੁਕਾਨਦਾਰ ਵੱਡੇ ਨੋਟ ਦੇ ਦੇਵੇ ਤਾਂ ਬਹੁਤ ਉਹਨਾਂ ਦਾ ਧੰਨਵਾਦ ਹੋਵੇਗਾ। ਤਾਂ ਜਿਸ ਤੋਂ ਬਾਅਦ ਦੁਕਾਨਦਾਰ ਉਸਦੀ ਗੱਲਾਂ ਦੇ ਵਿੱਚ ਆ ਜਾਂਦਾ, ਹਾਲਾਂਕਿ ਦੁਕਾਨਦਾਰ ਨੂੰ ਵੀ ਉਹ ਚਿਹਰਾ ਕੁਝ ਜਾਣਿਆ ਪਛਾਣਿਆ ਲੱਗਦਾ ਤਾਂ ਉਹ ਹਾਮੀ ਭਰ ਦਿੰਦਾ ਕਿ ਉਹ ਉਸਨੂੰ ਛੋਟੇ ਨੋਟਾਂ ਦੀ ਥਾਂ ਵੱਡੇ ਨੋਟ ਦੇ ਦੇਵੇਗਾ, ਬਦਲੇ ਦੇ ਵਿੱਚ ਜੋ ਨੌਸਰਬਾਜ਼ ਹੈ ਉਸਨੂੰ ਛੋਟੇ ਨੋਟ ਦੇਵੇ। ਹਾਲਾਂਕਿ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਉਹ ਨੌਸਰਬਾਜ਼ ਆਪਣੇ ਨਾਲ ਉਹ ਛੋਟੇ ਨੋਟ ਲੈ ਕੇ ਆਉਂਦਾ ਤੇ ਦੁਕਾਨਦਾਰ ਤੋਂ 30,000 ਰੁਪਏ ਲੈਂਦਾ ਅਤੇ ਮੌਕੇ ਦੇ ਉੱਤੇ ਹੀ ਜਦੋਂ ਦੁਕਾਨਦਾਰ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਉਹ ਨੋਟ ਗਿਣ ਲਵੇ ਤੇ ਫੇਰ ਹੀ ਉਹ ਜਾਵੇ, ਪਰ ਜੋ ਨੌਸਰਬਾਜ਼ ਹੈ ਉਹ ਆਪਣਾ ਬਾਈਕ ਨੂੰ ਸਟਾਰਟ ਕਰਕੇ ਖੜਾ ਕਰਕੇ ਬਾਹਰ ਆਉਂਦਾ ਤੇ ਆਉਂਦੇ ਸਾਰ ਹੀ ਜਦੋਂ ਉਹ 30,000 ਰੁਪਏ ਦੁਕਾਨਦਾਰ ਤੋਂ ਲੈਂਦਾ, ਹਾਲੇ ਦੁਕਾਨਦਾਰ ਉਸਦੇ ਨੋਟਾਂ ਨੂੰ ਛੋਟਿਆਂ ਨੂੰ ਗਿਣੇ, ਉਸ ਤੋਂ ਪਹਿਲਾਂ ਉਹ ਬਾਈਕ ਤੇ ਚੁੱਕ ਕੇ ਫਰਾਰ ਹੋ ਜਾਂਦਾ। ਹਾਲਾਂਕਿ ਮੌਕੇ ਦੀਆਂ ਤਸਵੀਰਾਂ CCTV 'ਚ ਵੀ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਵੀ ਸਾਫ ਦੇਖਿਆ ਜਾ ਸਕਦਾ ਕਿ ਉਹ ਨੌਸਰਬਾਜ਼ ਜੋ ਹੈ ਉਹ ਖੜਾ ਨਜ਼ਰ ਆ ਰਿਹਾ ਤੇ ਦੁਕਾਨਦਾਰ ਦੇ ਨਾਲ ਪਹਿਲਾਂ ਉਸਦੇ ਵੱਲੋਂ ਜੋ ਗੱਲਬਾਤ ਕੀਤੀ ਗਈ ਸੀ ਤਾਂ ਇਹ ਤਸਵੀਰ ਉਸਦੀ ਇਹ ਸਾਹਮਣੇ ਆਈ ਹੈ। ਹਾਲਾਂਕਿ ਜਿਵੇਂ ਹੀ ਦੁਕਾਨਦਾਰ ਦੇ ਵੱਲੋਂ ਆਲੇ ਦੁਆਲੇ ਦੇ ਲੋਕਾਂ ਨੂੰ ਇਸਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਲੋਕ ਜੋ ਨੇ ਮੌਕੇ ਦੇ ਉੱਤੇ ਹਰਕਤ 'ਚ ਆਉਂਦੇ ਨੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾ ਕੇ ਉਸ ਵਿਅਕਤੀ ਦੀ ਤਲਾਸ਼ ਕੀਤੀ ਜਾਂਦੀ ਹੈ, ਪਰ ਉਹਨਾਂ ਨੂੰ ਉਸ ਵਿਅਕਤੀ ਬਾਰੇ ਕੁਝ ਵੀ ਪਤਾ ਨਹੀਂ ਚੱਲਦਾ ਤੇ ਬਾਅਦ ਦੇ ਵਿੱਚ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਖਬਰ ਸਰਹੰਦ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਸਰਬਾਜ਼ ਦੇ ਵੱਲੋਂ ਦੁਕਾਨਦਾਰ ਨੂੰ ਗੱਲਾਂ ਦੇ ਵਿੱਚ ਲਾ ਕੇ 30,000 ਦੀ ਠੱਗੀ ਮਾਰੀ ਗਈ ਹੈ। ਬਦਲੇ ਦੇ ਵਿੱਚ ਉਸਨੂੰ ਜੋ ਚੂਰਨ ਵਾਲੇ ਜਾਲੀ ਨੋਟ ਹੁੰਦੇ ਨੇ ਉਹ ਫੜਾ ਕੇ ਫਰਾਰ ਹੋ ਗਿਆ। ਇਸ ਤਰ੍ਹਾਂ ਜੀ, ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਉਹਨਾਂ ਦਾ ਨਾਮ ਹੈ ਕੁਸ਼ਲਿਆ ਨੰਦਨ ਬਾਲੀ, ਉਹਨਾਂ ਦਾ ਨਾਮ ਹੈ ਤੇ 1976 ਤੋਂ ਕਰਿਆਨੇ ਦੀ ਦੁਕਾਨ ਕਰਦੇ ਹਾਂ, ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਹਾਂ। ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਸੀਗੇ। ਉਹਨਾਂ ਕੋਲ ਇੱਕ ਸਰਦਾਰ ਭੱਦਰ ਪੁਰਸ਼ ਆਇਆ, ਉਹ ਉਹਨਾਂ ਨੂੰ ਐਂ ਲੱਗਿਆ ਕਿ ਮੇਰੀ ਇਹ ਜਾਣ ਪਹਿਚਾਣ ਦਾ ਅਤੇ ਮੈਂ ਇਹਨੂੰ ਜਾਣਦਾ ਅਤੇ ਉਹ ਚਿਹਰਾ ਜਾਣ ਪਛਾਣ ਸਮਝਣ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਖੁੱਲ੍ਹੇ ਨੋਟ ਦੇਣਾ ਚਾਹੁੰਦਾ ਅਤੇ ਵੱਡੇ ਨੋਟ ਲੈਣਾ ਚਾਹੁੰਦਾ, ਮੈਨੂੰ ਐਂ ਬਚੇ ਹੋਏ ਨੋਟ ਹੈ ਘਰ 'ਚ ਵਿਆਹ ਦੇ। ਅਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਬਾਥਰੂਮ ਕਰਨ ਚੱਲਿਆ ਅਤੇ ਤੂੰ ਇੰਨੇ ਕੋਈ ਕੰਮ ਕਰਨਾ ਕਰਿਆ। ਉਹ ਕਹਿੰਦਾ ਕੋਈ ਨਹੀਂ ਜੀ, ਮੈਂ ਅੱਗੇ ਕੰਮ ਕਰਿਆ ਆਉਂਦਾ। ਅਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ, ਰਸਤਾ ਬੰਦ ਸੀਗਾ। ਉਹ ਥੋੜ੍ਹੀ ਦੇਰ ਬਾਅਦ ਉਹ ਬਾਥਰੂਮ ਕਰਕੇ 1-2-3 ਮਿੰਟਾਂ ਬਾਅਦ ਵਾਪਸ ਆਏ। ਜਦੋਂ ਵਾਪਸ ਆਏ ਤਾਂ ਉਹ ਸੜਕ 'ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ। ਕਹਿੰਦਾ ਆਹ ਲਓ ਜੀ ਲਿਫਾਫਾ ਅਤੇ ਮੈਨੂੰ ਤੁਸੀਂ ਵੱਡੇ ਨੋਟ ਦੇਵੋ। ਉਹ ਕਹਿੰਦੇ ਨਹੀਂ, ਤੂੰ ਦੁਕਾਨ 'ਚ ਆ ਜਾ। ਦੁਕਾਨ 'ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਗਿਣ ਕੇ ਦੇ ਤੇ, 30,000 ਰੁਪਇਆ, 500 ਦੇ 30,000 ਰੁਪਇਆ ਗਿਣ ਕੇ ਦੇ ਤਾ। ਅਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਿਫਾਫਾ ਰੱਖ ਤਾ ਜੀ, ਆਹ ਪੈਸੇ ਹੈ ਤੇ ਲਿਫਾਫਾ ਆਹ ਪੈਸੇ ਆ, ਲਓ ਜੀ ਮੈਂ ਗਿਣਾਉਂਦਾ ਤੁਹਾਨੂੰ, ਗਿਣੋ ਤੁਸੀਂ। ਅਤੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ, ਉਹਨੇ ਅੱਧੇ ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚ ਬਾਹਰ ਮੋਟਰਸਾਈਕਲ 'ਤੇ ਆਇਆ। ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਸੀਗਾ, ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ, ਅਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਅਸੀਂ ਉਹਨੂੰ 5-7-10 ਕਿਲੋਮੀਟਰ ਆਲੇ ਦੁਆਲੇ ਪਿੰਡਾਂ 'ਚ ਢੂੰਡਿਆ ਵੀ, ਅਤੇ ਹਾਂ ਉਹ ਚਿਹਰਾ ਸਾਨੂੰ ਮਿਲ ਜਾਵੇ। ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹੁੰਦੇ ਹਾਂ ਜੀ। ਇਹ ਨੋਟ ਜਿਹੜੇ ਦੇਖੇ ਗਏ ਕਿਵੇਂ ਦੇ ਨੋਟ ਸੀਗੇ, ਕਿਹੜੇ ਨੋਟ ਸੀ?
ਐਕਚੁਅਲੀ ਨੋਟ ਤਾਂ ਨਾ ਜੀ ਲਿਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ, ਹਜੇ ਉਹ ਬਜ਼ੁਰਗ ਹੋਣ ਕਾਰਨ ਉਹਨਾਂ ਨੇ ਆਪਣਾ ਵੈਲ ਵਿਸ਼ਰ ਹੋਣ ਦੇ ਕਾਰਨ ਤੇ ਮੇਰਾ ਭਰੋਸੇ ਵਾਲਾ ਬੰਦਾ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ ਚੋਂ ਕੱਢ ਕੇ ਦੇ ਤੇ ਤੇ ਕੋਈ ਨੀ ਇਹ ਲਿਫਾਫੇ ਚ ਨੋਟ ਹੈ ਮੈਂ ਗਿਣ ਲੈਂਦਾ। ਆਲਰੇਡੀ ਜਦੋਂ ਇੱਕ ਲਿਫਾਫੇ ਦੇ ਵਿੱਚ ਜਿਹੜੀ 2000 ਦੀ ਥਈ ਲਪੇਟੀ ਹੋਈ ਸੀਗੀ ਉਹ ਪੂਰੇ ਹੀ ਚੂਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200-200 ਦੇ, ਤੇ ਜਿਹੜੀ ਇਹ 5-5 ਹਜ਼ਾਰ ਦੀ ਇਹ ਥਈ ਬਣਾ ਕੇ ਇਸ ਤਰ੍ਹਾਂ ਰਬੜ ਲਾਈ ਹੋਈ ਸੀਗੀ 100-100 ਦੇ ਨੋਟਾਂ ਦੀ 5000 ਦੀ ਥਈ, ਇਹਦੇ ਬਾਹਰਲੇ ਪਾਸੇ ਇੱਕ ਅਸਲੀ ਨੋਟ ਹੈ, ਇਹਦੇ ਵੀ ਬਾਹਰਲੇ ਪਾਸੇ ਇੱਕ ਅਸਲੀ ਨੋਟ ਹੈ। ਹਜੇ ਉਹਨਾਂ ਨੂੰ ਇਹ ਨੋਟ ਗਿਣਨ ਦਾ ਮੌਕਾ ਹੀ ਨਹੀਂ ਮਿਲਿਆ, ਹਜੇ ਸਾਰਾ ਕੁਛ ਭਰੋਸੇ 'ਚ ਹੋ ਗਿਆ।